हां जी दोस्तों एमडी जॉब अलर्ट्स चैनल पे विच ਤੁਹਾਡਾ ਸਵਾਗਤ ਹੈ ਜੀ 8ਵੀਂ 10ਵੀਂ ਵਾਲੇ ਲਈ ਸੁਨਹਿਰੀ ਮੌਕਾ ਆ ਚੁੱਕਾ ਹੈ ਜੀ ਪੋਸਟਾਂ ਅਨਾਉਂਸ ਕਰ ਦਿੱਤੇ ਗਏ ਨੇ ਜਿ ਕਚੈਰੀਆਂ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਜੀ ਬਹੁਤ ਹੀ ਥੋੜਾ ਸਮਾਂ ਜੀ ਅਪਲਾਈ ਕਰਨ ਦੇ ਲਈ 10/2/2023 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਵੇਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਜੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਨਵਾਂ ਨੋਟੀਫਿਕੇਸ਼ਨ ਆਉਂਦਾ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਹਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਪੋਸਟਾਂ ਕਿਹੜੀਆਂ-ਕਿਹੜੀਆਂ ਅਪਲਾਈ ਕੱਢੀਆਂ ਗਈਆਂ ਨੇ ਜੀ ਸਭ ਤੋਂ ਪਹਿਲਾਂ ਪੋਸਟ ਹੈ ਜੀ ਪ੍ਰੋਸੈਸ ਸਰਵਰ ਦੀ ਪੋਸਟਾਂ ਦੀ ਗਿਣਤੀ 3 ਹੈ ਜਿਸ ਨੂੰ ਡਿਵਾਈਡ ਕੀਤਾ ਗਿਆ ਜੀ ਸ਼ਡਿਊਲ ਕਾਸਟ სპੋਰਟਸਮੈਨ ਲਈ ਇੱਕ ਪੋਸਟ ਹੈ ਜੀ ਫਿਜ਼ੀਕਲ ਹੈਂਡੀਕੈਪਟਡ ਦੇ ਲਈ ਇੱਕ ਅਤੇ ਬੈਕਵਰਡ ਕਲਾਸ ਦੇ ਲਈ ਇੱਕ ਪੋਸਟ ਅਨਾਉਂਸ ਕੀਤੀ ਗਈ ਜੀ ਇਹਦੇ ਵਿੱਚ ਫਿਕਸਡ ਮੰਥਲੀ ਜੋ ਪੇ ਸਕੇਲ ਦਿੱਤਾ ਜਾਵੇਗਾ ਜੀ ਉਹ ਗਵਰਨਮੈਂਟ ਆਫ ਪੰਜਾਬ ਦੇ ਲੈਟਰ ਨੰਬਰ ਜੋ ਦਿੱਤਾ ਹੋਇਆ ਜੀ ਉਸ ਦੇ ਅਕੋਰਡਿੰਗ ਦਿੱਤਾ ਜਾਵੇਗਾ ਤੇ ਅਨਰੇਬਲ ਹਾਈ ਕੋਰਟ ਦੇ ਨਿਯਮਾਂ ਦੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ ਇਸ ਦੇ ਲਈ ਜੀ ਕੈਂਡੀਡੇਟ ਨੇ 10ਵੀਂ ਪਾਸ ਕੀਤੀ ਹੋਵੇ ਤੇ 10ਵੀਂ ਪੱਧਰ ਦੇ ਉੱਤੇ ਪੰਜਾਬੀ ਪਾਸ ਹੋਣਾ ਵੀ ਲਾਜ਼ਮੀ ਹੈ ਜੀ ਏ ਲਿਮਟ ਦੀ ਗੱਲ ਕਰੀਏ ਤਾਂ ਉਮਰ ਸੀਮਾ ਦੀ ਗੱਲ ਕਰੀਏ 18 ਤੋਂ 35 ਸਾਲ ਏਜ ਲਿਮਟ ਰੱਖੀ ਗਈ ਹੈ ਜੀ ਤੇ ਰੈਲੈਕਸੇਸ਼ਨ ਏਜ ਪਰ ਗਵਰਨਮੈਂਟ ਰੂਲਸ ਅਕੋਰਡਿੰਗ ਦਿੱਤੀ ਜਾਵੇਗੀ ਨੈਕਸਟ ਪੋਸਟ ਹੈ ਜੀ ਪੀਐਨ ਦੀ ਪੋਸਟਾਂ ਨੇ ਜਿਸ ਦੇ ਵਿੱਚ ਪੋਸਟਾਂ ਦੀ ਗਿਣਤੀ ਦੋ ਹੈ ਜੀ ਐਕਸ ਸਰਵਿਸਮੈਨ ਦੇ ਲਈ ਇੱਕ ਪੋਸਟ ਹੈ ਜੀ ਸ਼ੈਡਿਊਲ ਕਾਸਟ ਐਕਸ ਸਰਵਿਸਮੈਨ ਦੇ ਲਈ ਇੱਕ ਪੋਸਟ ਅਨਾਉਂਸ ਕੀਤੀ ਹੈ ਟੋਟਲ ਪੋਸਟਾਂ ਦੋ ਨੇ ਜੀ ਤਨਖਾਹ ਸੇਮ ਰੂਲ ਅਕੋਰਡਿੰਗ ਦਿੱਤੀ ਜਾਵੇਗੀ ਜੀ ਅਗਰ ਤੁਹਾਨੂੰ ਪੰਜਾਬੀ ਦੀ ਨੌਲੇਜ ਹੈ ਤੇ 8ਵੀਂ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੀ 18 ਤੋਂ 35 ਸਾਲ ਏਜ ਲਿਮਟ ਰੱਖੀ ਗਈ ਹੈ ਜੀ ਤੇ ਜਿਹੜਾ ਰਿਲੈਕਸੇਸ਼ਨ ਦਿੱਤੀ ਜਾਵੇਗੀ ਐਜ਼ ਪਰ ਗਵਰਨਮੈਂਟ ਰੂਲਸ ਅਕੋਰਡਿੰਗਲੀ ਨੈਕਸਟ ਪੋਸਟ ਅਨਾਉਂਸ ਕੀਤੀ ਗਈ ਹੈ ਲਿਫਟ ਆਪਰੇਟਰ ਦੀ ਪੋਸਟ ਹੈ ਜੋ ਕਿ ਕੰਟਰੈਕਟ ਬੇਸ ਦੇ ਉੱਤੇ ਅਨਾਉਂਸ ਕੀਤੀ ਗਈ ਜੀ ਟੋਟਲ ਪੋਸਟਾਂ ਦੀ ਗਿਣਤੀ 3 ਹੈ ਜੀ ਇਹਦੇ ਵਿੱਚ ਕੰਟਰੈਕਟ ਬੇਸ ਦੇ ਉੱਤੇ ਜੋ ਫਿਕਸ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਕਪੂਰਥਲਾ ਦੁਆਰਾ ਰੇਟ ਉਸ ਦੇ ਅਕੋਰਡਿੰਗ ਤਨਖਾਹ ਦਿੱਤੀ ਜਾਵੇਗੀ ਜੀ 10ਵੀਂ ਤੁਸੀਂ ਪਾਸ ਕੀਤੀ ਹੈ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਆਈਟੀਆਈ ਟ੍ਰੇਡ ਕੀਤੀ ਹੈ ਜੀ ਇਲੈਕਟ੍ਰੀਸ਼ੀਅਨ ਦੇ ਵਿੱਚ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ 2 ਸਾਲ ਦਾ ਐਕਸਪੀਰੀਅੰਸ ਹੋਣਾ ਵੀ ਲਾਜ਼ਮੀ ਹੈ ਆਪਰੇਸ਼ਨ ਐਂਡ ਮੇਨਟੇਨੈਂਸ ਆਫ ਲਿਫਟ ਦਾ ਜੀ 18 ਤੋਂ 35 ਸਾਲ ਉਮਰ ਸੀਮਾ ਰੱਖੀ ਗਈ ਹੈ ਤੇ ਗਵਰਨਮੈਂਟ ਰੂਲ ਦੇ ਅਕੋਰਡਿੰਗ ਜੀ ਇਹ ਰਿਜ਼ਰਵੇਸ਼ਨ ਦਿੱਤੀ ਜਾਵੇਗੀ ਜੀ ਰਿਲੈਕਸੇਸ਼ਨ ਦਿੱਤੀ ਜਾਵੇਗੀ ਇਦੇ ਵਿੱਚ ਪਰਫਾਰਮਾ ਤੁਸੀਂ ਦੇਖ ਸਕਦੇ ਹੋ ਇਹ ਪਰਫਾਰਮਾ ਭਰ ਕੇ ਇਸ ਦੇ ਨਾਲ ਜ਼ਰੂਰੀ ਦਸਤਾਵੇਜ਼ ਲਗਾ ਕੇ ਤੁਸੀਂ ਦਿੱਤੇ ਹੋਏ ਪਤੇ ਦੇ ਉੱਤੇ ਭੇਜਣੇ ਨੇ ਜੀ ਅਪਲਾਈ ਕਰਨ ਦੀ ਲਾਸਟ ਡੇਟ ਰੱਖੀ ਗਈ ਹੈ 10/12/2023 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਿਹਨਾਂ ਦੇ ਆਫਿਸ ਵਿਖੇ ਭੇਜ ਸਕਦੇ ਜੀ ਆਪਣਾ ਮੋਬਾਈਲ ਨੰਬਰ ਕੰਟੈਕਟ ਨੰਬਰ ਈਮੇਲ ਐਡਰੈਸ ਜ਼ਰੂਰ ਲਿਖਣਾ ਹੈ ਕੁਝ ਟਰਮੈਂਟ ਕੰਡੀਸ਼ਨ ਜਨੇ ਜੀ ਇਸ ਦੇ ਲਈ ਇੰਟਰਵਿਊ ਰੱਖੀ ਗਈ ਹੈ ਜੀ ਜੋ ਕਿ ਪ੍ਰੋਸੈਸ ਸਰਵਰ ਦੇ ਲਈ ਇਹ ਤੋਂ ਐਮ ਵਾਲੇ ਉਮੀਦਵਾਰ ਨਾਮ ਵਾਲੇ ਉਮੀਦਵਾਰ ਜੀ 22 2023 ਨੂੰ ਇੰਟਰਵਿਊ ਹੋਵੇਗੀ ਐਂਡ ਤੋਂ ਜੈਡ ਵਾਲਾਂ ਲਈ ਜੀ 21 2023 ਨੂੰ ਇੰਟਰਵਿਊ ਹੋਵੇਗੀ ਜੀ ਪੀ ਐਨ ਦੀ ਪੋਸਟ ਲਈ ਇਹ ਤੋਂ ਐਮ ਵਾਲੇ ਉਮੀਦਵਾਰ 22 2023 ਨੂੰ ਇੰਟਰਵਿਊ ਹੋਵੇਗੀ ਜੀ ਐਂਡ ਤੋਂ ਜੈਡ ਵਾਲਾਂ ਲਈ 23 2023 ਨੂੰ ਇੰਟਰਵਿਊ ਹੋਵੇਗੀ ਅਲਫਾਬੈਟ ਸੇ ਇਹ ਤੋਂ ਜੈਡ ਵਾਲਾਂ ਲਈ ਜੀ 24 2023 ਨੂੰ ਇੰਟਰਵਿਊ ਹੋਵੇਗੀ ਜੋ ਕਿ ਲਿਫਟ ਆਪਰੇਟਰ ਲਈ ਇੰਟਰਵਿਊ ਹੋਏਗੀ ਜੀ ਕੋਈ ਟਰਮੈਂਟ ਕੰਡੀਸ਼ਨ ਨਹੀਂ ਐ ਪਰੰਦੇ ਲਈ ਜੀ 01822 297201 ਦੇ ਉੱਤੇ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਇਸੇ ਅੱਜ ਦੇ ਪੋਸਟ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਅੱਜ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟ ਆ ਲੱਭ ਕੇ ਲਿਆ ਕੇ ਨੂੰ ਉਸ ਤੋਂ ਬਾਅਦ ਵੀਡੀਓ ਬਣਾਉਣਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ